ਅਜਿਹਾ ਗੱਲ ਹੈ ਕਿ ਮਹਾਂਪੁਰਖਾਂ ਨੇ ਸਾਡੇ ਦਾ ਬਾਲਕ ਪੂਰੇ ਬਾਲਕ ਵਰਗਾ ਬਣਾ ਕੇ ਸੇਵਾ ਦਾ ਕਿਹਾ ਉਹਨੂੰ ਲੈ ਕੇ ਸਰੋਵਰ ਦੇ ਨੇੜੇ ਰਾਜੇ ਨੂੰ ਕਿਹਾ ਗਿਆ ਬਾਲਕ ਖੜਾ ਲਿਆ ਅਤੇ ਕਥਾ ਸੁਣ ਲਿਆ ਬੜਾ ਕੁਛ ਕਹਿੰਦੇ ਫਿਰ ਉਹ ਬਾਲਕ ਚੱਕ ਕੇ ਨਾ ਸਰੋਵਰ ਦੇ ਵਿੱਚ ਸੁੱਟ ਜਿਵੇਂ ਕਿਵੇਂ ਕੀਤਾ ਗਿਆ ਰਾਜਾ ਜੀ ਉਹ ਭੱਜਿਆ ਜੀ ਸੋਹਣੇ ਕੱਪੜੇ ਛਾਲ ਮਾਰੇ ਜੋ ਕੱਢਿਆ ਤਾਂ ਫਸਾ ਲਿਆ ਅਜੇ ਮਹਾਰਾਜ ਵੀ ਕੀ ਕੌਤਕ ਹੋਇਆ ਕਹਿੰਦੇ ਤੇਰੇ ਪ੍ਰਸ਼ਨ ਦਾ ਉੱਤਰ ਦਿੱਤਾ ਕਹਿੰਦੇ ਜਦੋਂ ਸੰਤਾਂ ਦੇ ਭਗਤਾਂ ਦੇ ਕਾਸ਼ਮਾਂ ਦਾ ਰੰਗ ਕਿਉਂ ਆਉਂਦਾ ਅਤੇ ਹੁਣ ਤੂੰ ਆਪ ਛਾਲ ਕਿਉਂ ਮਾਰੀ ਮਹਾਰਾਜ ਮੈਂ ਤਾਂ ਮੇਰਾ ਮੁੰਡਾ ਡੁੱਬ ਨਾ ਜਾਏ ਕਹਿੰਦੇ ਤੇਰੂ ਕਹਿੰਦੇ ਵਜ਼ੀਰ ਛੇ ਦਾ ਉੱਤਰ ਚੱਕ ਉਹਨਾਂ ਨੂੰ ਹੁਕਮ ਨਾ ਕੀਤਾ ਕਹਿੰਦੇ ਹੁਕਮ ਕਰਕੇ ਡੁੱਬ ਜਾਂਦਾ ਕਹਿੰਦੇ ਇੱਕ ਤਰ੍ਹਾਂ ਰੱਬ ਵੀ ਜਿਹੜੇ ਉਹਨਾਂ ਦੇ ਪਿਆਰ ਅਤੇ ਭਾਸ਼ਣ ਆਉਂਦਾ ਉਹ ਫਿਰ ਵੇਟ ਨਹੀਂ ਕਰਦਾ ਉਹਨਾਂ ਦੀ ਰੱਖਿਆ ਵਾਸਤੇ ਆਪ ਜਾਂਦਾ ਹੈ ਭਗਤਾ ਕਾ ਅੰਗੀਕਾਰ ਕਰਦਾ ਆਇਆ ਭਗਤਾਂ ਦਾ ਅੰਗੀਕਾਰ ਭਗਤ ਕਰਦਾ ਪਰਮੇਸ਼ਰ ਆਇਆ ਹੈ ਕਰਤੈ ਆਪਣਾ ਰੂਪ ਦਿਖਾਇਆ ਤੱਕ ਆਪਦੀ ਸਹਾਇਤਾ ਕਰਦੇ ਰਹੇ ਇਸ ਵਾਸਤੇ ਕਹਿੰਦੇ ਭਰਤਾ ਉਹਨਾਂ ਦੀ ਰੱਖਿਆ ਲਈ ਸਰਗੁਣ ਸਰੂਪ ਧਾਰ ਕੇ ਵੀ ਆਪਣਾ ਰੂਪ ਦਿਖਾ ਦਿੰਦੇ ਹਨ ਕਈ ਕਹਿੰਦੇ ਰੱਬ ਜੀ ਦਾ ਨਹੀਂ ਪਰ ਦੇਸ ਬੰਦਾ ਦਿਖਾ ਦਿੰਦਾ ਕਰਦਾ ਹੋਵੇ ਦਰਸ਼ਨ ਦਿੰਦੇ ਜੇ ਨਾ ਦਰਸ਼ਨ ਦਿੰਦੇ ਹੋਣ ਕਿ ਮਾਰੇ ਲਿਖਦੇ ਕਿ ਉਹ ਦਰਸ਼ਨ ਦੇ ਜੀਵਾਂ ਕਰਦੇ ਆ ਧੰਨ ਸੋਬੇ ਦਾ ਜੇ ਦਰਸ਼ਨ ਕਰਨ ਮੋਹਲਿਹਾਲੀ ਸਤਿਗੁਰ ਚਰਣਾ ਦਰਸ਼ਨ ਦੇ ਮਾਤਾ ਜੀ ਹੁੰਦੇ ਜੀ ਬ੍ਰਾਹਮਣ ਬਜ਼ੁਰਗ ਪਾਜੀ ਜੀ ਤੱਕ ਜੋੜਾ ਨਹੀਂ ਪਾ ਡੇਢ ਸਾਲ ਹੋ ਜਾਣ ਜਦੋਂ ਅਸੀਂ ਉੱਥੇ ਆਏ ਬੜੀ ਸ਼ਰਧਾ ਸੀ ਕਵੀ ਹੁੰਦੇ ਸੀ ਕਹਿੰਦੇ ਕੋਈ ਅਸੀਂ ਇੱਥੇ ਆਏ ਕਿ ਨਲਕਾ ਜਿਹੜਾ ਉਦੋਂ ਇੱਕ ਨੌਜਵਾਨ ਹਜੇ ਪੈਦਾ ਉਹ ਮਨ 'ਚ ਆ ਕੇ ਮੇਰੇ ਘਰ ਨਾ ਦੱਸੇ ਸਾਹਿਬ ਸਿੰਘ ਅੰਮ੍ਰਿਤਦਾਸ ਜੀ ਮਹਾਰਾਜ ਜੀ ਪਾਵਨ